ਲੰਡਨ ਵਿੱਚ ਤਾਂ ਤੁਹਾਨੂੰ ਬਹੁਤ ਸਾਰੇ ਮਿਊਜ਼ੀਅਮ ਮਿਲਣਗੇ, ਜਿਵੇਂ ਕਿ ਨੈਸ਼ਨਲ ਹਿਸਟਰੀ ਮਿਊਜ਼ੀਅਮ, ਨੈਸ਼ਨਲ ਗੈਲਰੀ, ਸਾਇੰਸ ਮਿਊਜ਼ੀਅਮ, ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਵਗੈਰਾ ਵਗੈਰਾ। ਅਤੇ ਇਹਨਾਂ ਸਾਰਿਆਂ ਵਿੱਚੋਂ ਬ੍ਰਿਟਿਸ਼ ਮਿਊਜ਼ੀਅਮ ਸਭ ਤੋਂ ਜ਼ਿਆਦਾ ਵਿਜ਼ਿਟ ਕਰਨ ਵਾਲੀ ਲਿਸਟਾਂ ਵਿੱਚ ਹਨ। ਇੱਕ ਵੈਬਸਾਈਟ ਸਟੈਟਿਸਟਾ ਦੀ ਰਿਪੋਰਟ ਦੇ ਹਿਸਾਬ ਨਾਲ ਇਕੱਲੇ ਸਾਲ 2022 ਅਤੇ 23 ਦੇ ਵਿੱਚ ਕੁਝ 160,000 ਵਿਜ਼ਟਰਸ ਨੇ ਇਸ ਮਿਊਜ਼ੀਅਮ ਨੂੰ ਵਿਜ਼ਿਟ ਕੀਤਾ। ਆਪਣੀ ਇੰਨੀ ਵਾਹਵਾਹੀ ਦੇ ਨਾਲ ਨਾਲ ਇਹ ਮਿਊਜ਼ੀਅਮ ਬਹੁਤ ਹੀ ਜ਼ਿਆਦਾ ਕੰਟਰੋਵਰਸ਼ੀਅਲ ਵੀ ਰਿਹਾ। ਇਹਨੂੰ ਕਈ ਵਾਰ ਚੋਰੀ ਦਾ ਬਹੁਤ ਵੱਡਾ ਕੱਟ ਵੀ ਕਿਹਾ ਜਾਂਦਾ ਹੈ। List of disputed museum treasures keeps on growing. Should cultural artifacts return to their home countries or be left in Western museums? The subject of intense debate as to who should now own them. ਇਸ ਬਾਰੇ ਜਦੋਂ ਮੈਂ ਫਸਟ ਟਾਈਮ ਰਿਸਰਚ ਕੀਤੀ ਆ, ਥੋੜ੍ਹਾ ਬਹੁਤ ਇੰਟਰਨੈਟ 'ਤੇ ਪੜ੍ਹਿਆ, ਤਾਂ ਪਤਾ ਲੱਗਿਆ ਕਿ ਇਸ ਜਗ੍ਹਾ 'ਤੇ ਪੂਰੀ ਦੁਨੀਆ ਤੋਂ ਆਰਟੀਫੈਕਟਸ ਜਾਂ ਕਲਾਕ੍ਰਿਤੀਆਂ ਕਹਿ ਲਓ, ਉਹਨਾਂ ਨੂੰ ਇਕੱਠਾ ਕਰਕੇ ਇੱਥੇ ਡਿਸਪਲੇ ਕੀਤਾ ਹੋਇਆ। ਇਨਫੈਕਟ ਟਾਈਮ ਟੂ ਟਾਈਮ ਕੁਝ ਕਮਿਊਨਿਟੀਜ਼, ਸੁਸਾਇਟੀਜ਼ ਜਾਂ ਕੰਟਰੀਜ਼ ਨੇ ਆਪਣੇ ਆਰਟੀਫੈਕਟਸ ਨੂੰ ਵਾਪਸ ਲੈਣ ਦੀ ਡਿਮਾਂਡ ਵੀ UK ਗੌਰਮੈਂਟ ਤੋਂ ਕੀਤੀ, ਅਤੇ ਕੁਝ ਹਜੇ ਵੀ ਕਰ ਰਹੀਆਂ ਨੇ। ਤੁਸੀਂ ਇੰਟਰਨੈਟ 'ਤੇ ਇਸ ਬਾਰੇ 'ਚ ਬਥੇਰੇ ਕੈਂਪੇਨ ਜਾਂ ਆਰਟੀਕਲ ਦੇਖ ਸਕਦੇ ਆ, ਭਰੇ ਪਏ। ਪੂਰੀ ਦੁਨੀਆ ਦੇ ਤਮਾਮ ਕਲਾਕ੍ਰਿਤੀਆਂ, ਆਰਟੀਫੈਕਟਸ ਇਸ ਮਿਊਜ਼ੀਅਮ ਵਿੱਚ ਮੌਜੂਦ ਆ। ਹਿਸਟਰੀ ਪੂਰੀ ਬਰੀਕ ਪਰਖ ਨਾਲ ਇੱਥੇ ਦੇਖੀ ਜਾ ਸਕਦੀ ਹੈ। ਹੁਣ ਜਦੋਂ ਇੱਥੇ ਇੰਨਾ ਕੁਛ ਹੈ ਹੀ ਹੈ, ਤਾਂ ਫਿਰ ਆਪਾਂ ਵੀ ਆਪਣਾ ਸਮਾਨ ਲੱਭ ਲੈਂਦੇ। ਮਿਊਜ਼ੀਅਮ 'ਚ ਐਂਟਰ ਹੁੰਦੇ ਹੀ ਸਾਨੂੰ ਮਿਲੇ ਬਹੁਤ ਸਾਰੇ ਲੋਕ ਅਤੇ ਦਰਵਾਜ਼ੇ। ਹੁਣ ਕਿਹੜੇ ਦਰਵਾਜ਼ੇ ਤੋਂ ਸਟਾਰਟ ਕਰੀਏ, ਇਹ ਅਲੱਗ ਹੀ ਸਵਾਲ ਬਣ ਗਿਆ। ਸੋ ਜਿਹੜਾ ਆਪਣੀ ਸੱਜੀ ਬਾਂਹ ਵੱਲ ਨੇੜੇ ਸੀ, ਆਪਾਂ ਉੱਥੋਂ ਸ਼ੁਰੂ ਕਰ ਲਿਆ। ਬਸ ਵੇਖੀ ਜਾਓ, ਪੜ੍ਹੀ ਜਾਓ ਅਤੇ ਅੱਗੇ ਵਧੀ ਜਾਓ। ਮਿਊਜ਼ੀਅਮ 'ਚ ਅੱਗੇ ਵਧੋ ਤਾਂ ਤੁਹਾਨੂੰ ਬਹੁਤ ਕੁਝ ਵੇਖਣ ਨੂੰ ਮਿਲਦਾ। ਐਂਸ਼ੀਅੰਟ ਆਰਕੋਲੋਜੀਕਲ ਟੂਲਸ ਅਤੇ ਪਿਛਲੀ ਕਈ ਸ਼ਤਾਬਦੀਆਂ ਤੋਂ ਪੁਰਾਣੇ ਇਹਨਾਂ ਔਜ਼ਾਰਾਂ ਨੂੰ ਦੇਖ ਕੇ ਅੱਜ ਦੇ ਇਸ ਦੌਰ ਨੂੰ ਇਮੈਜਿਨ ਕਰਨਾ ਬਹੁਤ ਹੀ ਓਵਰਵੈਲਮਿੰਗ ਹੈ। ਸਾਡੇ ਸੋਲਰ ਸਿਸਟਮ ਨੂੰ ਰਿਪ੍ਰਜੈਂਟ ਕਰਦਾ ਇਹ ਮਾਡਲ ਹੀ ਭਾਵੇਂ ਦੇਖ ਲਓ। ਇਸ ਦੌਰ ਨੂੰ ਰੈਵੋਲਿਊਸ਼ਨ ਆਫ ਸਾਇੰਸ ਕਿਹਾ ਜਾਂਦਾ ਸੀ, ਹਾਲਾਂਕਿ ਦੇਖਣ ਨੂੰ ਇਹ ਕੁਝ ਐਸਟ੍ਰੋਲੋਜੀਕਲ ਵੀ ਲੱਗਦਾ ਹੈ। ਮਿਊਜ਼ੀਅਮ ਵਿੱਚ ਦੇਖਣ ਨੂੰ ਤਾਂ ਬਹੁਤ ਕੁਝ ਆ, ਲੇਕਿਨ ਇੰਡੀਅਨ ਕਨੈਕਸ਼ਨ ਤੁਹਾਨੂੰ ਆਪਣੀ ਤਰਫ ਖਿੱਚ ਹੀ ਲੈਂਦਾ। ਫਿਰ ਉਹ ਭਾਵੇਂ ਪੁਰਾਣੀ ਇੰਡੀਅਨ ਕਰੰਸੀ ਹੋਵੇ ਜਾਂ ਫਿਰ ਇੰਡੀਅਨ ਲੀਗਲ ਡਾਕੂਮੈਂਟ। ਇਸ ਪਲੇਟ ਨੂੰ ਕਾਪਰ ਲੀਗਲ ਡਾਕੂਮੈਂਟ ਕਹਿੰਦੇ ਨੇ। ਇਹ ਪਲੇਟ ਸੰਨ 1144 ਦੇ ਵਿੱਚ ਮੱਧਿਆ ਪ੍ਰਦੇਸ਼ ਤੋਂ ਮਿਲੀ, ਅਤੇ ਇਸ ਉੱਪਰ ਜਿਹੜੀ ਲਿਖਤ ਆ ਉਹ ਨਾਗਰੀ ਲਿਪੀ, ਜਿਹਨੂੰ ਦੇਵਨਾਗਰੀ ਵੀ ਕਹਿੰਦੇ ਆ, ਉਸ ਵਿੱਚ ਲਿਖੀ ਹੋਈ ਆ। ਇਕੱਲੀ ਸਿਰਫ ਇਹੀ ਮੈਟਲ ਪਲੇਟ ਨਹੀਂ, ਬਲਕਿ ਉਸ ਜ਼ਮਾਨੇ 'ਚ ਹੋਰ ਵੀ ਐਸੇ ਕਈ ਡਾਕੂਮੈਂਟਸ ਮਿਲੇ ਸਨ। ਇਹ ਸਭ ਆਰਟੀਫੈਕਟਸ ਹੁਣ ਮਿਊਜ਼ੀਅਮ ਜਾਂ ਫਿਰ ਗੌਰਮੈਂਟ ਕਹਿ ਲਓ, ਇਹਨਾਂ ਲਈ ਬਹੁਤ ਵੱਡੇ ਫਾਈਨੈਂਸ਼ੀਅਲ ਸਪੋਰਟ ਸਿਸਟਮ ਨੇ। ਇੰਡੀਆ 'ਤੇ ਵੀ ਇਹਨਾਂ ਨੇ ਤਕਰੀਬਨ 100 ਸਾਲ ਰਾਜ ਕੀਤਾ, ਅਤੇ ਉੱਥੋਂ ਵੀ ਬਹੁਤ ਕੁਝ ਇਕੱਠਾ ਕੀਤਾ। Stroke of the midnight hour, when the world sleeps, India will awake to life and freedom. ਟੀਪੂ ਸੁਲਤਾਨ ਦੀ ਤਲਵਾਰ ਹੋਵੇ ਜਾਂ ਫਿਰ ਇੰਡੀਅਨ ਕਰੰਸੀਸ ਜਾਂ ਫਿਰ ਸੰਪੂਰਨ ਭਾਰਤ ਦੇ ਸ਼ੁਰੂਆਤੀ ਦੌਰ ਦੇ ਨਕਸ਼ੇ। ਸਿੱਖ ਹਿਸਟਰੀ ਅਤੇ ਉਹਦਾ ਕਲਚਰਲ ਰਿਪ੍ਰੈਜੈਂਟੇਸ਼ਨ ਦੇਖ ਕੇ ਇੱਕ ਗਲੋਬਲ ਰਿਕਗਨੇਸ਼ਨ 'ਤੇ ਮਿਲਦੀ ਹੈ।
ਖੈਰ ਜੋ ਅਸੀਂ ਲੱਭਣ ਆਏ ਸੀ ਉਹ ਇੱਥੇ ਹੈ ਨਹੀਂ, ਉਹਦੀ ਜਰਨੀ ਕੰਟੀਨਿਊ ਰੱਖਾਂਗੇ। ਡੋਂਟ ਵਰੀ, ਖੋਜ ਜਾਰੀ ਹੈ। ਸਤਿ ਸ਼੍ਰੀ ਅਕਾਲ।